वीडियो देख रहे सारे सज्जना मित्रां दा दिलों धन्नवाद है। अज की भाई वीडियो है जोंडियर 5405 भाई दे क्वेश्चन पुट करांगे, क्या इसमें पॉजिटिव पॉइंट आ, क्या नैगेटिव पॉइंट आ, और होर भी इसमें क्या अच्छा लगे क्या बुरा लगे, सारा कुछ भाई दे डिटेल में लेंगे। अपने गल अज फिर है भाई गुरविंदर गैल, थाने पिछली वीडियो में देखा था गुरविंदर भीर अज फिर अपने गैल आ भाई का 5405 अपन ने दस्या था भीरे ने भाई से पूछा। सत श्रीकाल भीर जी। ਬਾਈ ਜੀ ਪਹਿਲਾਂ ਇਹ ਦੱਸੋ ਕਿੰਨਾ ਮਾਡਲ ਟਰੈਕਟਰ ਹੈ? 2021 ਮਾਡਲ ਹੈ ਬਾਈ। 2021 ਮਾਡਲ ਕਿੰਨੇ ਘੰਟੇ ਚੱਲ ਗਿਆ ਬਾਈ? ਇਹ ਚੱਲ ਗਿਆ 550 ਘੰਟੇ ਵੀਰੇ। 550 ਘੰਟੇ? ਅੱਛਾ, ਸਾਲ ਹੋ ਗਿਆ? ਸਾਲ ਤਾਂ ਹੋਏ ਨਹੀਂ ਹਲੀ। ਸਾਲ ਨਹੀਂ ਹੋਇਆ ਵੀਰੇ, 3 ਕੁ ਮਹੀਨੇ ਹੋਏ ਨੇ, 3-4 ਮਹੀਨੇ ਹੋਏ। 3-4 ਮਹੀਨੇ ਵਿੱਚ 550 ਘੰਟੇ ਚਲਾ ਲਿਆ, ਮੰਨ ਕੇ ਚੱਲ ਕਾਫੀ ਚਲਾ ਲਿਆ ਟਰੈਕਟਰ, ਤਾਂ ਐਕਸਪੀਰੀਅੰਸ ਪੂਰਾ ਹੋ ਗਿਆ। ਹੁਣ ਇਸ ਟਰੈਕਟਰ ਦੇ ਬਾਰੇ ਮਾ ਕੋਈ ਨੁਕਸ, ਕੋਈ ਅੱਛੀ ਬਾਤਾਂ ਸਾਰੀ ਪਤਾ ਲੱਗ ਗਈ ਹੋਣੀ ਤੁਹਾਨੂੰ। ਪਹਿਲਾਂ ਮੈਨੂੰ ਦੱਸੋ ਵੀ ਥੰਮ ਜਦ ਕਿਤੇ ਪੈਸੇ ਲੈ ਗਾ ਲਿਆ ਦਾ ਟਰੈਕਟਰ? ਅਸੀਂ ਵੀਰੇ ਟਰੈਕਟਰ ਘਟਾਇਆ ਸੀ ਆਪਣਾ 5 ਲੱਖ। ਅੱਛਾ, ਫਾਰਮ ਟਰੈਕ 60। ਠੀਕ ਆ, 2018 ਮਾਡਲ। ਠੀਕ ਆ, ਔਰ ਫਿਰ ਇਹ ਕਿੰਨੇ ਕ ਲਿਆ ਦਾ ਟਰੈਕਟਰ? ਉਹ ਵੀ ਆਪਾਂ ਨੂੰ ਸਾਰਾ ਕੰਪਲੀਟ 9 ਲੱਖ ਚ ਪਿਆ ਜੀ। ਅੱਛਾ, 9 ਲੱਖ। ਜਦ ਆਪਾਂ ਘਰਾਂ ਦੇ ਬਈ 9 ਲੱਖ ਰੁਪਏ ਦੀ ਸਕੀਮ ਚੱਲਿਆ ਲੈ ਕਾ ਵੀ 9 ਲੱਖ ਰੁਪਏ ਲਾਣਾ, ਤਾਂ ਹੋਰ ਕਿਹੜਾ ਕਿਹੜਾ ਮਾਰਕੀਟ ਮਾ ਟਰੈਕਟਰ ਦਾ? ਮਾਰਕੀਟ ਜੇ ਟਰੈਕਟਰ ਦਾ ਵੀਰੇ 5620 ਵੀ ਦੇਖਿਆ ਆਪਾਂ ਨੇ। ਅੱਛਾ, 5620 ਨੇ ਉਹ ਲੈਂਡ 5620? ਹਾਂਜੀ। ਅੱਛਾ, ਤੇ 963 ਵੀ ਦੇਖਿਆ ਆਪਾਂ ਨੇ। ਅੱਛਾ, ਪਰ ਉਹਨਾਂ ਨਾਲੋਂ ਆਪਾਂ ਨੂੰ ਇਹਦੀ ਮਾਰਕੀਟ ਬਹੁਤ ਵਧੀਆ ਲੱਗੀ ਵੀਰੇ। ਠੀਕ ਆ, ਨਹੀਂ ਪੀਟੀਓ ਮਾ ਕਹਦੇ ਆ ਵੀ ਬਹੁਤ ਜ਼ਿਆਦਾ ਵਾਇਆ ਪਾਵਰ ਆ ਇਸਕੀ, ਬਹੁਤ ਹੀ ਜ਼ਿਆਦਾ ਵਧੀਆ। ਪੀਟੀਓ ਮਾ ਕਿਹੜੇ ਕਿਹੜੇ ਇੰਪਲੀਮੈਂਟ ਵਿੱਚ ਚਲਾ ਲਿਆ ਬਾਈ? ਆਪਾਂ ਸੁਪਰ ਸੀਡਰ ਚ ਚਲਾ ਲਿਆ ਵੀਰੇ। ਅੱਛਾ, ਸੁਪਰ ਸੀਡਰ ਬਾ ਦੇਖੋ, ਸੁਪਰ ਸੀਡਰ ਬਾ ਸਾਰਿਆਂ ਦੇ ਬੜੀ ਡਿਮਾਂਡ, ਜ਼ਿਮੀਦਾਰਾਂ ਦੀ ਸੁਪਰ ਸੀਡਰ ਬਾ। ਸੁਪਰ ਸੀਡਰ ਬਾ ਕੈਸੀ ਪਰਫਾਰਮੈਂਸ ਰਹੀ? ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਨੂੰ, ਕੋਈ ਪਤਾ ਨਹੀਂ ਤੋਰਾ ਘੱਟ ਹੋਆ, ਕਈਆਂ ਟਰੈਕਟਰਾਂ ਕਈਆਂ ਦਾ ਵੱਧ ਹੋਆ, ਐਸਾ ਕੁਝ ਪ੍ਰੋਬਲਮ? ਮੀਡੀਅਮ ਤੋਰਾ ਵੀਰੇ, ਇਹਦੇ ਨਾਲ ਸਾਰੇ 4 ਵੀਅਰ ਆਪਣਾ 4 ਗੇਅਰ ਹੈ ਨਾ ਆਪਣਾ। ਅੱਛਾ, ਬਹੁਤ ਵਧੀਆ ਤੋਰਾ ਇਹਦਾ ਟਰੈਕਟਰ। ਠੀਕ ਆ, ਔਰ ਖਰਚਾ ਦੱਸੋ ਬਾਈ ਜਿਸ ਤਰ੍ਹਾਂ ਤੁਹਾਨੂੰ ਦੱਸ ਕਰ ਰਹੇ ਹਾਂ। ਖਰਚਾ ਜੀ ਬਸ 10 ਕੁ ਲੀਟਰ ਤੇਲ ਖਾਂਦਾ ਹੈ, 6.25 ਕਿੱਲੇ ਦਾ। 6.25 ਬਿਘੇ ਕਿੱਲੇ ਮੈਂ 10 ਲੀਟਰ ਤੇਲ ਖਾ ਜਾਂਦਾ। ਹਾਂਜੀ, ਖਾਂਦਾ ਉਸ ਪਾ ਸੁਪਰ ਸੀਡਰ। ਸੁਪਰ ਸੀਡਰ ਜੀ, ਕੋਈ ਜ਼ਿਆਦਾ ਤੋਂ ਲੱਗੇ ਤੁਹਾਨੂੰ ਕੋਈ? ਨਾ ਨਾ, ਬਹੁਤ ਬਹੁਤ ਜਾਇਜ਼। ਮੇਰੇ ਕੋਲ ਪਿੱਛੇ 60 ਸੀਗਾ। ਅੱਛਾ, ਉਹ 10 ਤੋਂ 15 ਚ ਵੀ ਆ ਜਾਂਦਾ ਸੀਗਾ। ਫਾਰਮ ਟਰੈਕ 60? ਫਾਰਮ ਟਰੈਕ 60, 2018 ਮਾਡਲ। ਠੀਕ ਹੈ, ਠੀਕ ਆ। ਅੱਛਾ, ਹੋਰ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਜਾਂ ਸਰਵਿਸ ਸੈਂਟਰ ਕੈਸੀ ਕੀ ਦੇ ਰਿਹਾ ਤੁਹਾਨੂੰ ਬਾਈ? ਸਰਵਿਸ ਤਾਂ ਘਰੇ ਦਿੰਨੇ ਆ ਉਹ, ਆਪਣਾ ਘਰੇ ਕਰਦੇ ਆ, ਤੇ ਦਿੱਕਤ ਇੱਕੀ ਆ ਯਾਰ ਬਸ, ਇੱਕ ਤਾਂ ਸੈਂਸਰ ਪ੍ਰੋਬਲਮ ਬਹੁਤ ਜ਼ਿਆਦਾ ਬਾਈ। ਉਹ ਜਿਹੜਾ 5405 5310 ਬਾਈ ਬਹੁਤ ਫਰਕ ਆ, ਇਸਕੇ ਮੀਟਰ ਟੈਕੋਮੀਟਰ ਹੋਰ ਡਿਜੀਟਲ ਆ ਜ਼ਿਆਦਾ ਤੇਰਾ ਜੋ ਇਸਮਾਂ ਥੋੜ੍ਹੀ ਬਹੁਤੀ ਜ਼ਿਮੀਦਾਰਾਂ ਨੂੰ ਇਹ ਬਾਈ ਕਹਿ ਰਿਹਾ ਤਾ ਬਾਈ ਦੱਸਿਆ ਵੀ ਥੋੜ੍ਹੀ ਬਹੁਤੀ ਪ੍ਰੋਬਲਮ ਆਉਣ ਲੱਗੀ, ਹਲੀ 3-4 ਮਹੀਨੇ ਹੋਏ। ਕਿਆ ਪ੍ਰੋਬਲਮ ਆਉਣ ਲੱਗੀ ਵੀ ਜੀ? ਇਹਦੇ ਨਾਲ ਨਿਊਟਰਲ ਗੇਅਰ ਦੀ ਬੱਤੀ ਆਉਂਦੀ ਆ ਇੱਕ। ਅੱਛਾ, ਜਿੰਨਾ ਚਿਰ ਉਹ ਗ੍ਰੀਨ ਬੱਤੀ ਤੁਹਾਡੇ ਮੀਟਰ 'ਚ ਨਹੀਂ ਆਊਗੀ, ਠੀਕ ਆ, ਉਨਾ ਚਿਰ ਤੁਹਾਡਾ ਟਰੈਕਟਰ ਸਟਾਰਟ ਨਹੀਂ ਹੋਊ। ਠੀਕ, ਆਪਣਾ ਉਹ ਪਰਲੇ ਮੇਨ ਗੇਅਰ ਦੇ ਨੀਚੇ ਸੈਂਸਰ ਹੈ ਕਿਹਦਾ? ਠੀਕ ਆ, ਉਹ ਪਰਲਾ ਬਾਈ ਮੇਨ ਗੇਅਰ ਆ, ਇਸਕੇ ਨਾ ਨਿਚਲੀ ਸਾਈਡ, ਇਸ ਸਾਈਡ ਕੋਈ ਸੈਂਸਰ ਸੁਨਸਰ ਆ, ਜਿਸ ਵਜ੍ਹਾ ਦੇ ਉਹ ਟਰੈਕਟਰ ਹਲੀ ਨਿਊਟਰਲ ਨਹੀਂ ਹੁੰਦਾ ਫਿਰ। ਆ ਦੇਖੋ, ਤੁਹਾਨੂੰ ਮੈਂ ਹੁਣ ਵੀ ਦਿਖਾ ਦਿੰਨਾ, ਹੁਣ ਟਰੈਕਟਰ ਲਿਆ ਕੇ ਖੜਾਇਆ, ਤੇ ਹੁਣ ਆਪਾਂ ਜਦੋਂ ਸੁੱਚ ਲਾਵਾਂਗੇ, ਆ ਦੇਖੋ ਉਹੀ ਦਿੱਕਤ ਫੇਰ ਹੈ। ਆ ਦੇਖੋ, ਆ ਟਰੈਕਟਰ ਦੇਖੋ ਹੁਣ ਜਮੀ ਨਿਊਟਰਲ ਹੈ। ਅੱਛਾ, ਕਿ ਵੀਰ ਕਹਿ ਦਿੰਨੇ ਆ, ਆ ਦੇਖੋ ਹੁਣ ਸਟਾਰਟ ਨਹੀਂ ਹੋ ਰਿਹਾ ਟਰੈਕਟਰ। ਆ ਦੇਖੋ ਇੱਥੇ ਦੇਖ ਲੈ, ਮੈਂ ਸੁੱਚ ਲਾ ਮਾਰਕ ਦਿਖਾ ਦੂੰਗਾ। ਹਾਂ, ਆ ਦੇਖੋ ਹੁਣ ਇੱਥੇ ਸੈਂਸਰ ਹੈ, ਉਹ ਹਿਲਾ ਦੇ ਬਾਈ, ਦੇਖਾਂ ਤੁਹਾਨੂੰ ਹਿਲਾ ਦੇ। ਦੇਖੋ ਬਾਈ ਉਹ ਦਿੱਕਤਾਂ, ਜਿਵੇਂ ਦੇਖੋ ਇਹ ਮੀਟਰ ਤੋਂ ਆ ਗਿਆ, ਉਹ ਵਧੀਆ ਲਗਾ ਆਪਾਂ ਨੂੰ ਗੱਡੀਆਂ ਕੀ ਤਰ੍ਹਾਂ ਦੇਖਣੇ ਵਾ, ਜੇ ਸੁੱਚ ਲਾਵਾਂ ਵਾ। ਹਾਂ, ਆ ਗਿਆ ਬਾਈ, ਆ ਦੇਖੋ ਹੁਣ ਆ ਗਿਆ ਨਾ, ਆ ਹੁਣ ਟਰੈਕਟਰ ਸਟਾਰਟ ਹੋ ਜੂਗਾ ਦੇਖੋ। ਅੱਛਾ, ਇਹ ਉਹ ਪ੍ਰੋਬਲਮ ਆ ਕਿੱਧਰ? ਇੱਥੇ 2 ਸੈਂਸਰ ਨੇ ਆ ਦੇਖੋ। ਅੱਛਾ, ਇਹ ਬਹੁਤ ਦਿੱਕਤ ਕਰਦੇ, ਬੰਦ ਕਰ ਦੇ ਫਿਰ। ਅੱਛਾ, ਇਹ ਦਿੱਕਤ ਆਉਣ ਲੱਗੀ ਸੀ? ਹਾਂ, ਇੱਕ ਦਿੱਕਤ ਆਈ ਆ, ਹੋਰ ਕੋਈ ਦਿੱਕਤ ਨਹੀਂ ਹੈਗੀ। ਅੱਛਾ, ਅੱਛਾ ਮੰਨ ਕੇ ਚੱਲੋ ਤੁਹਾਨੂੰ ਇੱਕ ਛੋਟੀ ਸੀ ਉਹ ਦਿੱਕਤ ਆ ਰਹੀ ਆ ਵੀ ਨਿਊਟਰਲ ਨਹੀਂ ਹੁੰਦਾ ਹੈ, ਕਈ ਵਾਰ ਸ਼ਹਿਰ ਬਾਜ਼ਾਰ ਗਏ ਹੋਵਾਂ ਜਾਂ ਕਿਸੇ ਹੋਰ, ਤੁਹਾਨੂੰ ਤਾਂ ਚਲੋ ਇਸ ਪ੍ਰੋਬਲਮ ਦਾ ਪਤਾ ਲੱਗਿਆ, ਹੱਲ ਹੋ ਗਿਆ, ਘਰ ਕਾ ਕੋਈ ਹੋਰ ਲਿਆ ਉਸ ਤੋਂ ਬਾਅਦ ਤੰਗੀ ਆ ਜਾ। ਹੁਣ ਜਿਵੇਂ ਮੇਰਾ ਲਾਣੇਦਾਰ ਵਰਗਾ ਲੈ ਕੇ ਵਾਜੇ ਬਾਅਦ ਉਲਜੀ ਜਾ ਇਹ ਦੇਖੀ। ਹਾਂ, ਕਿਹਦਾ ਉਹ ਗਾਲਾਂ ਕੱਢਾ, ਅਗਲਾ ਕਹੇਗਾ ਕਾਹਨੂੰ ਪੰਗਾ ਪਾਇਆ ਯਾਰ, ਚੰਗਾ ਭਲਾ ਟਰੈਕਟਰ ਹੈ ਤਾਂ ਇਹੋ ਕੰਮ ਹੋ ਗਿਆ। ਅੱਛਾ ਮੈਨੂੰ ਇਹੋ ਬਾਤ ਵੀ ਦੱਸੋ, ਜਿਸ ਤਰ੍ਹਾਂ ਤੁਹਾਨੂੰ ਸੁਪਰ ਸੀਡਰ ਚਲਾਵਾਂ, ਲਿਫਟ ਲੁਫਟ ਦੀ ਕਪੈਸਿਟੀ ਕੈਸੀ ਆ?
ਲਿਫਟ ਕੈਪੈਸਿਟੀ ਤਾਂ ਬਹੁਤ ਵਧੀਆ ਜੀ। ਅੱਛਾ ਉਹ ਚੱਕਣੇ ਤਾਰ ਕੋਈ ਦਿੱਕਤ ਨਹੀਂ ਹੈ, ਬਸ ਇੱਕ ਦਿੱਕਤ ਜ਼ਰੂਰ ਹੈ ਵੀ ਆ 4 ਵੀਲ ਡਰਾਈਵ ਦੇ 54.05 ਦੇ ਮੂਰੇ ਵੇਟ ਦੰਨੇ ਆ। ਹਾਂ 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 ਇਹਦੇ ਮੂਰੇ ਵੇਟ ਨਹੀਂ ਦੰਦੇ, ਪ੍ਰਾਈਸ ਦਾ ਥੋੜਾ ਮੋਟਾ ਫਰਕ ਹੈ ਵੀ ਤੁਸੀਂ ਕਸਟਮਰ ਤੋਂ ਪੈਸੇ ਲਓ ਤਾਂ ਵੇਟ ਦਿਓ। ਸਾਨੂੰ ਹੁਣ ਮੂਰੇ ਥੈਲੇ ਰੱਖਣੇ ਪੈਂਦੇ ਨੇ ਪੂਰਾ ਹਾਲ ਦੀ ਆ, ਬੈਂਪਰ ਲਵਾਇਆ ਲੰਬਾ ਆਪਾਂ ਕੰਪਨੀ ਵਾਲੇ ਬੈਂਪਰ ਦੇ ਲਾਉਂਦੇ ਆ, ਟਰੈਕਟਰ ਗਰਮ ਹੁੰਦਾ ਇੱਥੇ ਥੈਲਾ ਰੱਖਦੇ ਆ ਆਪਾਂ। ਠੀਕ ਆ, ਅੱਗਾ ਮੰਨ ਕੇ ਚੱਲ ਰੇਡੀਏਟਰ ਨੂੰ ਸਾਰੀ ਰੇਡੀਏਟਰ ਚੋਕ ਹੋ ਜਾਊਗਾ, ਫਿਰ ਉਹ ਬੈਂਪਰ ਥੋੜਾ ਲੰਬਾ ਲਵਾਇਆ ਦੇ ਇੱਥੇ ਥੈਲਾ ਰੱਖ ਦਿੰਦੇ ਆ ਆਪਾਂ। ਠੀਕ ਆ ਵੀ ਕੰਪਨੀ ਇਹ ਕਸਟਮਰ ਤੋਂ ਜੇ ਪੈਸੇ ਵੱਧ ਲੈ ਲੇ ਹਾਂ ਪਰ ਕੰਪਨੀ ਸਮਾਨ ਪੂਰਾ ਦੇਵੇ। ਅੱਛਾ ਉਹ ਪਲਾਸਟਿਕ ਸਿਆੜਾ ਬਾਈ, ਪਲਾਸਟਿਕ ਗੁੱਦਜੀ ਵਾਲਾ ਮੈਟ ਹੈ। ਅੱਛਾ ਬਲੈਕ ਕਲਰ ਦਾ, ਅਸੀਂ ਕੰਪਨੀ ਚ ਪੁੱਛਿਆ ਵੀ ਇਹ ਮੈਟ ਸਾਨੂੰ ਕਿਉਂ ਨਹੀਂ ਦਿੰਦੇ, ਕਹਿੰਦੇ ਜੀ 4 ਵੀਲ ਡਰਾਈਵ ਦੇ ਨਾਲ ਆਉਂਦਾ। ਯਾਰ ਉਰਾ ਨਾ ਬਾਈ ਮੈਂ ਗੁਰਵਿੰਦਰ ਜੀ ਆਪ ਥਾਰੋਂ ਵੀ ਸਹਿਮਤ ਹੋਣਾ ਚਾਹੀਦਾ, ਜਿਹੜੇ ਵੀਡੀਓ ਮੈਂ ਦੇਖਾਂਗੇ ਥੰਮ ਵੀ ਕਮੈਂਟ ਕਰਿਓ, ਕੰਪਨੀ ਉਰਾ ਕਾ ਛੋਟੀ ਛੋਟੀ ਕੰਜੂਸੀਆਂ ਵਰਤਣ ਲੱਗ ਜਾ। ਇਹੀ ਕੰਜੂਸੀਆਂ ਕਰਕੇ ਆਪਾਂ ਲੋਕਾਂ ਮਨ ਦੁਖੀ ਹੁੰਦਾ, ਦੁਖੀ ਹੋ ਜਾ ਬਾਈ। ਦੇਖੋ ਬਾਈ ਨੇ 9 ਲੱਖ ਰੁਪਇਆ ਲਾ ਦਿਆ, ਕਿੰਨੇ ਕਾ ਮੈਟ ਦੱਸ ਰਹੇ ਬਾਈ ਤੁਹਾਨੂੰ? 6,100 ਰੁਪਏ ਦਾ ਮੈਟ ਦੱਸਿਆ। ਦੇਖੋ ਬਾਈ 9 ਲੱਖ ਰੁਪਏ ਜਿਹੜੇ ਜ਼ਿਮੀਦਾਰ ਨੇ ਲਾ ਦਿਆ ਆਪਣੇ ਮਨ ਪਾਤਰ ਵਿਸ਼ਵਾਸ ਕਰਕੇ ਵੀ ਵਧੀਆ ਮੈਨੂੰ ਸਾਰੀ ਸਹੂਲਤਾਂ ਦੇਣਗੇ, ਕੰਪਨੀ 6,500 ਰੁਪਏ ਦਾ ਮੈਟ ਬਚਾ ਕੇ ਕਹਾਂ ਜੇ ਪੂਰਾ ਕਰ ਦੇਗੀ। ਕੰਪਨੀ ਉੱਪਰੋਂ ਸਾਰਾ ਸਮਾਨ ਆਉਂਦਾ ਹੈ, ਇਹ ਡੀਲਰ ਕਰਦੇ ਨੇ ਸਾਰਾ ਕੰਮ ਇਹ। ਚਲੋ ਜੇ ਕੰਪਨੀ ਵੀ ਰਿਕਮੈਂਡ, ਕੰਪਨੀ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਡੀਲਰਸ਼ਿਪ ਜਾਣਾ ਚਾਹੀਦਾ ਵੀ ਮੈਟ ਕਿਉਂ ਨਹੀਂ ਦੇ ਰਹੇ ਹੈ। ਮੈਨੇ ਉਹ ਵੀ ਦੇਖਿਆ ਆਪਣਾ ਜਿਹੜਾ ਦੂਸਰਾ ਟਰੈਕਟਰ ਆ 53-10 ਨੇ 15 ਦਿਨ ਪਹਿਲਾਂ ਲਿਆ, ਉਸਮਾਂ ਵੀ ਮੈਟ ਨਹੀਂ ਹੈ, ਉਸਮਾਂ ਤੋਂ ਮੈਟ ਆਉਂਦਾ ਨਹੀਂ। ਪਰ 54.05 ਜਿਹੜਾ ਹੁਣ CRD ਆ ਰਿਹਾ ਹੈ ਹਾਂ ਆਪਣਾ ਈਸੇਸੂ ਆਪਣਾ ਸਿੰਪਲ ਦੇ ਵਿੱਚ 2-wheel ਡਰਾਈਵ 'ਚ ਹਾਂ ਹਾਂ ਉਹਦੇ ਚ ਆ ਰਿਹਾ ਮੈਟ। ਨਹੀਂ ਮੈਂ ਇਹ ਕਹਿਣਾ ਚਾਹ ਰਿਹਾ ਵੀ 54.05 ਮਾ ਤਾਂ ਹੈ ਹੀ ਆ, ਵੀ ਛੋਟੇ ਟਰੈਕਟਰ ਉਹਨਾਂ ਮਾ ਕਿਉਂ ਨਹੀਂ ਦੇ ਰਹੇ? 52-10 ਹੋ ਗਿਆ, ਉਹਨਾਂ ਮਾ ਵੀ ਦੇਣਾ ਚਾਹੀਦਾ। 6,500 ਰੁਪਏ ਕੀ ਚੀਜ਼ ਆ, ਅਸੈਸਰੀ ਆ, ਉਸਮਾਂ ਵੀ ਦੇਣੀ ਚਾਹੀਦੀ। ਇਹ ਨਹੀਂ ਛੋਟੀ ਛੋਟੀ ਕਿਉਂ ਨੁਕਤੇ ਚਿੰਨੀਆਂ ਕਰਨ ਲੱਗ ਗਈ ਕੰਪਨੀ? ਇਹੀ ਤਾਂ ਜੀ, ਇਹ ਸਾਰਾ ਡੀਲਰ ਬਚਾਉਂਦੇ ਨੇ। ਜ਼ਿਮੀਦਾਰ ਤਾਂ 9 ਲੱਖ ਰੁਪਇਆ ਲੈ ਰਹੇ ਯਾਰ, ਆਪਣਾ ਕਿੱਡਾ ਜੇ 9 ਲੱਖ ਰੁਪਇਆ ਜੇ ਕਹਾਂ ਵਾ 6,500 ਰੁਪਏ ਕੀ ਚੀਜ਼, ਆਪਾਂ 9 ਲੱਖ ਲਾ ਸਕਦੇ ਹਾਂ ਹਾਂ, ਆਪਾਂ 5-7,000 ਰੁਪਇਆ ਰੇਟ ਹੋਰ ਵਧਾਓ ਹਾਂ, ਸਾਲਾ ਆਪਾਂ ਨੂੰ ਚੀਜ਼ ਤਾਂ ਦਿਓ ਪੂਰੀ ਹਾਂ। ਵਿੱਚ ਮਾ ਯਾਰ ਹੋਣਾ ਚਾਹੀਦਾ, ਕੰਪਨੀ ਪਹਿਲੀ ਇਨਕਲੂਡ ਕਰ ਲੇ, ਭੇਦਭਾਵ ਨਾ ਕਰਾ ਚੀਜ਼, ਭੇਦਭਾਵ ਨਾ ਕਰੇ। ਜਦ ਭੇਦਭਾਵ ਹੋਣ ਲੱਗ ਜਾ ਨਾ ਫਿਰ ਦਿਲ ਜਾ ਦੁਖਣ ਲੱਗ ਜਾ, ਦਿਲ ਜਾ ਦੁਖ ਜਾ। ਹੁਣ ਕੋਈ ਹੋਰ ਟਰੈਕਟਰ ਆਊਗਾ ਜੇ ਪਿੰਡ 'ਚ ਆਵੇ, ਉਹਦੇ ਮੈਟ ਆਊਗਾ ਤਾਂ ਸਾਨੂੰ ਵੀ ਸਾਲੀ ਫੀਲ ਜਾ ਹੋਊਗਾ ਵੀ ਅਸੀਂ ਹੁਣ ਪੈਸਿਆਂ ਦਾ ਮੈਟਰ ਖਾਈਏ। ਦੱਸੋ ਜੀ, ਉਹ ਤਾਂ ਹੈ ਭਾਈ ਹਾਂ। ਇੱਕ ਅੱਛਾ ਬਾਈ ਤਾਂ ਮੈਂ ਦੱਸ ਰਿਹਾ, ਜਦ ਆਪਾਂ ਨੇ ਨਵਾਂ ਟਰੈਕਟਰ ਲਿਆ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਗਈ ਜਾਂ ਸਾਰੇ ਗੱਲ ਧੋਖਾ 'ਚ ਧੋਖਾ ਧੜੀ ਹੋ ਗਈ, ਚੇਪੀ ਲੱਗੀ, ਤੁਹਾਨੂੰ ਟੋਪ ਮਾਡਲ ਕਹਿ ਕੇ ਵੇਚਿਆ ਤਾਂ ਉਸ ਕਾ ਕਿਆ ਸੀਨ ਹੋਇਆ ਤਾਂ ਬਾਈ? ਟੋਪ ਮਾਡਲ ਕਹਿ ਕੇ ਦਿਆ ਯਾਰ, ਇਹਦਾ ਇੱਕ ਦਾ ਹਿੱਸਾ ਹੈ, ਦੂਜਾ ਇਹਦਾ ਬਾਈ ਦੇਖੋ ਬਾਈ, ਇਸ ਕਾ ਹਿੱਸਾ ਬੰਦ ਆ ਬਿਲਕੁਲ। ਮੈਂ ਪਿਛਲੀ ਵਾਰੀ ਆਪਾਂ ਮਿਲੇ ਤੇ ਬਾਈ ਨੇ ਨਵਾਂ ਟਰੈਕਟਰ ਲੈ ਕੇ ਆਇਆ ਤਾਂ ਬਾਈ ਕਹਿ ਰਿਹਾ ਮੇਰਾ ਟੋਪ ਮਾਡਲ ਆ, ਮੈਂ ਕਿਹਾ ਟੋਪ ਮਾਡਲ ਤੇਰਾ ਟਰੈਕਟਰ ਆ ਬਟ ਇੱਕ ਚੀਜ਼ ਆ ਵੀ ਅਡਜਸਟੇਬਲ ਤੇਰਾ ਹਿੱਸਾ ਨਹੀਂ ਹੈ, ਕਹਿ ਰਿਹਾ ਯਾਰ ਉਹ ਚੀਜ਼ ਮੇਰੇ ਸਾਨੂੰ, ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਆ ਦੇਖੋ ਇਹਦੇ 20-14 ਹੈ। ਅੱਛਾ ਉਹਦੇ 20-16 ਹੈ। ਅੱਛਾ ਉਹੀ ਯਕਰ ਆ, ਇਹ ਚੱਕਰ ਹੈ ਸਾਰਾ। ਸਾਨੂੰ ਜਦ ਉਸ ਟਾਈਮ ਪਤਾ ਨਹੀਂ ਸੀਗਾ ਨਵੇਂ ਤੇ, ਮੰਨ ਕੇ ਚੱਲੋ ਉਹ ਜੋਂਡੀਅਰ ਮੰਗ ਪਹਿਲੀ ਵਾਰੀ ਗਏ ਤਾਂ ਉਸ ਚੀਜ਼ ਦੀ ਨੋਲਜ ਨਹੀਂ ਸੀ, ਹੁਣ ਅਸੀਂ ਦੂਜੀ ਵਾਰੀ, ਸਾਨੂੰ ਕਈ ਬੰਦਿਆਂ ਨੇ ਦੱਸਿਆ ਵੀ 20-16 'ਚ ਟੋਪ ਮਾਡਲ ਆਉਂਦਾ। ਠੀਕ ਵੀ ਚਲੋ ਸਾਡੇ ਨਾਲ ਤਾਂ ਜਿਹੜਾ ਕੁਛ ਹੋ ਗਿਆ, ਅਸੀਂ ਹੋਰ ਵੀਰਾਂ ਨੂੰ ਰਿਕਮੈਂਡ ਕਰਨਾ ਚਾਹੁੰਦੇ ਹਾਂ ਵੀ ਇਹ ਚੀਜ਼ਾਂ ਛੋਟੀਆਂ ਮੋਟੀਆਂ ਤੁਸੀਂ ਜ਼ਰੂਰ ਗੌਰ ਕਰਿਆ ਕਰੋ। ਠੀਕ ਹੈ ਜੀ, ਬਾਕੀ ਬਾਈ ਇਸ 53.05 ਮਾ ਹੋਰ ਕਮੀਆਂ ਜਾਂ ਬਾਈ ਰਿਪਰ ਪਾਵੀ ਚਲਾਵਾਗਾ ਸਾਰੇ ਕੈਸੀ ਮੈਂ ਚਲਾਵਾ ਇਸ ਨੂੰ, ਬਾਈ ਕਾ ਵੀ ਚੈਨਲ ਹੈਗਾ ਆ ਗੁਰਵਿੰਦਰ ਰਟੌਲ ਕੇ ਨਾਮ ਤੇ, ਉਸ ਕਾ ਬਾਈ ਲਿੰਕ ਡਿਸਕ੍ਰਿਪਸ਼ਨ ਮੈਂ ਦੇ ਦੂੰਗਾ, ਉਸ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ। 53.05 ਕੀ ਜਿੰਨੀ ਵੀਡੀਓ ਹੋਵੇਗੀ ਇਸ ਮਾ ਕਿਆ ਕਮੀ ਆ ਜਾਂ ਕਿਆ ਅਛਾਈ ਆ, ਕਿਹੜੀ ਇਸ ਮਾ ਗਰਾਰੀ ਲੱਗੇ ਕਰਾਂਗੀ ਬਾਈ ਸਾਰਾ ਦੱਸਦੇ ਕਰਾਂਗੇ, ਸਾਰਾ A to Z ਇਨਫੋਰਮੇਸ਼ਨ ਦਵਾਂਗੇ, ਸੁਪਰ ਸੀਟਰ ਤੇ ਕਿਹੜੀ ਗਰਾਰੀ ਚੱਲਦੀ ਹੈ, ਰਿਪਰ ਤੇ ਕਿਹੜੀ ਗਰਾਰੀ ਚੱਲਦੀ ਹੈ, ਆਪਾਂ ਸਾਰੀ ਇਨਫੋਰਮੇਸ਼ਨ ਦਵਾਂਗੇ ਬਾਈ। ਸੁਪਰ ਸੀਟਰ ਵੀ ਚਲਾਵਾ, ਰਿਪਰ ਵੀ ਚਲਾਵਾ, ਸਾਰਾ ਬਾਈ ਨੂੰ ਭੇਤ ਪੜ ਗਿਆ, ਇਸ ਕਰਕੇ ਕਹਿੰਦਾ ਬਾਈ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ, ਜਿਹੜੀ ਕੋਈ ਵੀ ਡਾਊਟ ਹੋਏ ਕਰਾਂਗਾ ਬਾਈ ਨੂੰ ਮੈਸੇਜ ਕਰ ਲਿਆ ਕਰੋ। ਹਾਂਜੀ।
और अपनी वीडियो है अज वाली वीडियो कैसी लगी भाई कमेंट कर दियो, अपना चैनल जरूर सब्सक्राइब कर लो और भाई शेयर कर दो वीडियो। थैंक यू।